ਜੋ ਮੈਂ ਅੱਜ ਇਹਨਾਂ ਕੋਲ ਵਿਜ਼ਿਟ ਕੀਤਾ ਆਪਣੇ ਡਾਕੂਮੈਂਟਸ ਲੈ ਕੇ ਅਤੇ ਇਹਨਾਂ ਨੇ ਮੈਨੂੰ ਸਹੀ ਸਲਾਹ ਦਿੱਤੀ ਕਿ ਤੁਸੀਂ ਡੈਨਮਾਰਕ ਲਈ ਐਲੀਜੀਬਲ ਹੋ, ਤੁਹਾਡੀ ਪ੍ਰੋਫਾਈਲ ਬਿਲਕੁਲ ਠੀਕ ਹੈ। ਮੈਂ ਆਪਣੀਆਂ ਐਲਸ ਕਰਕੇ ਉਸ ਤੋਂ ਬਾਅਦ ਬਾਹਰ ਜਾਣ ਵਿਦੇਸ਼ ਜਾਣ ਲਈ ਚਾਹਵਾਨ ਸੀਗਾ ਅਤੇ ਮੈਂ ਕਾਫੀ ਕੰਸਲਟੈਂਟਸ ਤੋਂ ਚੰਡੀਗੜ੍ਹ ਮੋਹਾਲੀ ਪਟਿਆਲਾ ਤੋਂ ਐਡਵਾਈਸ ਲਈ ਆਪਣੀ ਕਾਊਂਸਲਿੰਗ ਕਰਵਾਈ। ਬਟ ਉਹਨਾਂ ਨੇ ਜਦੋਂ ਕਿ ਉਹਨਾਂ ਕੁਛ ਤਰ੍ਹਾਂ ਦੇ ਕੰਸਲਟੈਂਟ ਸੀ ਜਿਨ੍ਹਾਂ ਨੇ ਮੈਨੂੰ ਮਿਸਗਾਈਡ ਕੀਤਾ ਹੈ ਜਦੋਂ ਕਿ ਮੇਰੀ ਫਾਈਲ ਐਲੀਜੀਬਿਲਟੀ ਨਹੀਂ ਸੀ ਕੈਨੇਡਾ ਆਸਟ੍ਰੇਲੀਆ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ ਵਿਨੀਅਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਤੋਂ। ਅੱਜ ਇੱਕ ਬਹੁਤ ਖੁਸ਼ਖਬਰੀ ਵਾਲਾ ਦਿਨ ਹੈ ਜੀ, ਤਿੰਨ ਸਾਡੇ ਡੈਨਮਾਰਕ ਦੇ ਵੀਜ਼ਾਜ਼ ਆਏ ਨੇ, ਗੁਰਪ੍ਰੀਤ ਜੀ ਨਾਭੇ ਤੋਂ ਨੇ, ਉਹਨਾਂ ਦੀ ਵਾਈਫ ਦਾ ਔਰ ਬੇਟੇ ਦਾ ਜੀ, ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਸ਼ਾਮਿਲ ਹੋਏ ਨੇ ਇਸ ਸ਼ੋਅ ਦੇ ਵਿੱਚ। ਸੋ ਅੱਜ ਅਸੀਂ ਗੁਰਪ੍ਰੀਤ ਨੂੰ ਪੁੱਛਾਂਗੇ ਕਿ ਉਹਨਾਂ ਦਾ ਐਕਸਪੀਰੀਅੰਸ ਵਿਨੀਅਰ ਇੰਗਲਿਸ਼ ਨਾਲ ਕਿੱਦਾਂ ਦਾ ਰਿਹਾ। ਗੁਰਪ੍ਰੀਤ ਜੀ, ਵਿਨੀਅਰ ਇੰਗਲਿਸ਼ ਤੋਂ ਆਉਣ ਤੋਂ ਪਹਿਲਾਂ ਤੁਸੀਂ ਕਈ ਹੋਰ ਵੀ ਜਗ੍ਹਾ 'ਤੇ ਗਏ ਸੀ, ਰਿਸਰਚ ਕੀਤੀ ਹੋਣੀ ਹੈ ਕਿ ਡੈਨਮਾਰਕ ਕਰੀਏ, ਕੈਨੇਡਾ ਕਰੀਏ, ਕਿੱਦਾਂ ਕਰੀਏ। ਹਾਂਜੀ ਸਰ, ਇਸ ਤੋਂ ਪਹਿਲਾਂ ਮੈਂ ਪਟਿਆਲਾ ਚੰਡੀਗੜ੍ਹ ਵਿੱਚ ਕਾਫੀ ਇਮੀਗ੍ਰੇਸ਼ਨ ਵਿੱਚ ਵਿਜ਼ਿਟ ਕੀਤਾ ਅਤੇ ਉਹਨਾਂ ਵਿੱਚੋਂ ਜੋ ਵੀ ਮੈਨੂੰ ਗਾਈਡੈਂਸ ਮਿਲੀ ਆ ਉਹਨਾਂ ਨੇ ਦੱਸਿਆ ਤਾਂ ਉਹਨਾਂ ਵਿੱਚੋਂ ਮੇਰੀ ਸੈਟਿਸਫੈਕਸ਼ਨ ਨਹੀਂ ਹੋ ਰਹੀ ਸੀਗੀ। ਐਂਡ ਆਫਟਰ ਆਲ ਮੈਂ ਤੁਹਾਡੇ ਕੋਲ ਆਇਆ ਅਤੇ ਤੁਸੀਂ ਮੈਨੂੰ ਪ੍ਰੋਪਰ ਇੱਕ ਰੋਡ ਮੈਪ ਦਿੱਤਾ ਐਂਡ ਗਾਈਡੈਂਸ ਦਿੱਤੀ ਕਿ ਮਤਲਬ ਮੇਰੀ ਫਾਈਲ ਕਿਸ ਕੰਟਰੀ ਲਈ ਸੂਟੇਬਲ ਹੈ ਅਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਰੋਡ ਮੈਪ ਬਣਾ ਕੇ ਕੰਮ ਸ਼ੁਰੂ ਕੀਤਾ। ਸੋ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਕੈਨੇਡਾ ਵਾਇਲੈਂਸ ਵੱਧ ਰਿਹਾ ਹੈਗਾ, ਜੋਬਸ ਨਹੀਂ ਹੈ, ਸੋ ਕੈਨੇਡਾ ਬਾਰੇ ਇਹਦੇ ਡੈਨਮਾਰਕ ਬਾਰੇ ਤੁਸੀਂ ਰਿਸਰਚ ਕੀਤੀ? ਹਾਂਜੀ, ਡੈਨਮਾਰਕ ਬਾਰੇ ਮੈਂ ਰਿਸਰਚ ਵੀ ਕੀਤੀ ਸੀ, ਇਹਨਾਂ ਨੂੰ ਪ੍ਰੋਪਰ ਆਪਣੀ ਟੀਮ ਵਿਨੀਅਰ ਇੰਗਲਿਸ਼ ਦੀ ਟੀਮ ਨੇ ਇਹਨਾਂ ਨੂੰ ਗਾਈਡੈਂਸ ਕੀਤਾ ਐਂਡ ਸਭ ਕੁਛ ਵੀਡੀਓਜ਼ ਵਗੈਰਾ ਵੀ ਅਸੀਂ ਦੇਖੀਆਂ ਤਾਂ ਸਾਡਾ ਮਤਲਬ ਸੈਟਿਸਫੈਕਸ਼ਨ ਹੋਈ। ਅਸੀਂ ਉੱਧਰੋਂ ਕੈਨੇਡਾ ਵੱਲ ਛੱਡ ਕੇ ਆਸਟ੍ਰੇਲੀਆ ਵੱਲ ਛੱਡ ਕੇ ਅਸੀਂ ਇਸ ਵੱਲ। ਕਿਉਂ ਡੈਨਮਾਰਕ ਜਾਣਾ ਚਾਹੀਦਾ ਤੁਸੀਂ ਆਪਣੇ ਦਰਸ਼ਕਾਂ ਦੱਸੋ ਕਿ ਵਾਈ? ਜਿਹੜਾ ਮਤਲਬ ਵੇਰੀਅਸ ਰੀਜ਼ਨਸ ਜਿਹੜੇ ਤੋਂ ਆਪਾਂ ਨੇ ਮਤਲਬ ਕਿ ਇੰਟਰਵਿਊ ਦੌਰਾਨ ਕੀਤੇ ਜਾਂ ਅਸੀਂ ਨੋਟਿਸ ਕੀਤੇ ਯੂਟਿਊਬ ਵਗੈਰਾ ਤੋਂ ਅਤੇ ਉਹਨਾਂ ਵਿੱਚ ਮਤਲਬ ਹੈਪੀਐਸਟ ਕੰਟਰੀ ਮੰਨਿਆ ਗਿਆ ਇਹਨੂੰ। ਇਸ ਤੋਂ ਬਾਅਦ ਜਿਵੇਂ ਕੈਨੇਡਾ ਆਸਟ੍ਰੇਲੀਆ ਵਿੱਚ ਵਾਇਲੈਂਸ ਵਗੈਰਾ ਦੱਸ ਰਹੇ ਨੂੰ ਜਾਂ ਕੰਮ ਦੀ ਸ਼ੋਰਟੇਜ ਹੈ ਅਤੇ ਯੂਰੋਪੀਅਨ ਦਾ ਵਧੀਆ ਕੰਟਰੀ ਹੈ ਅਤੇ ਇਸ ਵਿੱਚ ਕੋਈ ਕੰਮ ਦੀ ਪ੍ਰੋਬਲਮ ਨਹੀਂ ਅਤੇ ਸਟੱਡੀ ਵਗੈਰਾ ਵੀ ਵਧੀਆ। ਔਰ ਦੇਖੋ, 27 ਦੇਸ਼ ਤੁਸੀਂ ਬਿਨਾਂ ਵੀਜ਼ਾ ਘੁੰਮ ਸਕਦੇ ਹੋ, ਸਾਰੀ ਫੈਮਿਲੀ ਦਾ ਜਿਹੜਾ ਵੀਜ਼ਾ ਇਕੱਠਾ ਆਉਂਦਾ ਹੈਗਾ ਤੁਹਾਡੇ ਸਾਹਮਣੇ, ਰਿਜ਼ਲਟਸ ਨੇ, ਗੁਰਪ੍ਰੀਤ ਜੀ ਉਹਨਾਂ ਦੀ ਵਾਈਫ ਔਰ ਉਹਨਾਂ ਦੇ ਬੇਟੇ ਦਾ, ਗੁਰਪ੍ਰੀਤ ਦਾ ਸਟੱਡੀ ਪਰਮਿਟ ਹੈ, ਇਹਨਾਂ ਦੇ ਵਾਈਫ ਦਾ ਫੁੱਲ ਟਾਈਮ ਵਰਕ ਪਰਮਿਟ ਹੈ, ਬੱਚੇ ਕੋਲ ਟੈਂਪਰੀ ਰੈਜ਼ੀਡੈਂਟ ਪਰਮਿਟ ਹੈ, ਬੱਚੇ ਦੀ ਸਟੱਡੀ ਫਰੀ ਹੈ, ਤਿੰਨਾਂ ਦਾ ਮੈਡੀਕਲ ਫਰੀ ਹੈ। ਸੋ ਬਹੁਤ ਵੈਲਕਮਿੰਗ ਕੰਟਰੀ ਹੈਗੀ ਹੈ ਡੈਨਮਾਰਕ। ਸੋ ਜਿਹੜੇ ਵੀ ਸਟੂਡੈਂਟਸ ਹੈਗੇ ਹੈ ਜਾਂ ਕੈਂਡੀਡੇਟਸ ਨੇ ਜਿਹਨਾਂ ਦੇ ਮਲਟੀਪਲ ਰਿਫਿਊਜ਼ਲਸ ਨੇ, 20 ਸਾਲ ਤੱਕ ਦਾ ਗੈਪ ਅਸੀਂ ਐਕਸੈਪਟ ਕਰ ਰਹੇ ਹੈਗੇ ਹਾਂ, ਬਹੁਤ ਹੀ ਥੋੜ੍ਹੇ ਬਜਟ ਦੇ ਵਿੱਚ ਤੁਸੀਂ ਵਿਦ ਫੈਮਿਲੀ ਮਾਈਗ੍ਰੇਟ ਕਰ ਸਕਦੇ ਹੋ ਡੈਨਮਾਰਕ ਦੇ ਵਿੱਚ। ਗੁਰਪ੍ਰੀਤ ਦੀ ਵਾਈਫ ਮੈਡਮ ਨੂੰ ਪੁੱਛਾਂਗੇ, ਮੈਡਮ ਕਿਵੇਂ ਰਿਹਾ ਤੁਹਾਡਾ ਸਫ਼ਰ? ਤੁਸੀਂ ਮੇਰੇ ਖਿਆਲ ਸੈਕਿੰਡ ਟਾਈਮ ਹੀ ਆਏ ਹੋ ਉੱਥੇ ਵੀਜ਼ਾ ਲੈਣ ਆਏ ਹੋ, ਵਧੀਆ ਰਿਹਾ ਪ੍ਰੋਸੈਸ ਸਾਰਾ ਤੁਹਾਡਾ? ਤੁਸੀਂ ਕੀ ਕਹਿਣਾ ਚਾਹੋਗੇ ਸਰ? ਇਸ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਵੀ ਅਸੀਂ ਕਾਫੀ ਜ਼ਿਆਦਾ ਟਰਾਈ ਮਾਰੀ ਸੀ ਪਹਿਲਾਂ ਅਤੇ ਜਦੋਂ ਤੁਹਾਡੇ ਬਾਰੇ ਪਤਾ ਲੱਗਿਆ ਸਾਨੂੰ ਲੱਗਿਆ ਵੀ ਇਹ ਤਾਂ ਦੂਰ ਬਹੁਤ ਹੈ, ਸਭ ਤੋਂ ਕਾਫੀ ਦੂਰ ਸੀ, ਇਸ ਕਰਕੇ ਜੇ 5-7 ਚੱਕਰ ਲੱਗ ਗਏ ਤਾਂ ਸਾਨੂੰ ਠੀਕ ਨਹੀਂ ਮਿਲਦਾ। ਪਰ ਜਦੋਂ ਅਸੀਂ ਆਪਣੇ ਕੰਮ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਤਾਂ ਇੱਕ ਦੋ ਵਾਰੀ ਆਉਣਾ ਪਿਆ, ਮੇਰਾ ਕੰਮ ਬਹੁਤ ਸਕਿੱਪੀ ਬਹੁਤ ਬਹੁਤ ਸਪੀਡ ਨਾਲ ਬਹੁਤ ਢੰਗ ਨਾਲ ਹੋ ਗਿਆ। ਥੈਂਕ ਯੂ ਸੋ ਮਚ, ਤੁਹਾਨੂੰ ਕੋਈ ਦਿੱਕਤ ਨਹੀਂ। ਥੈਂਕਸ ਅ ਲੋਟ, ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਅਗੇਨ, ਕੰਗ੍ਰੈਚੁਲੇਸ਼ਨਸ। ਸੋ ਜਿਹੜੇ ਵੀ ਸਟੂਡੈਂਟਸ ਬਾਹਰ ਜਾਣ ਦੇ ਇੱਛਕ ਨੇ, ਬਾਹਰ ਨਹੀਂ ਬਣ ਰਿਹਾ, ਵਿਦ ਫੈਮਿਲੀ ਜਾਣਾ ਚਾਹੁੰਦੇ ਆ, ਇੱਕ ਅੱਛੀ ਇਨਕਮ ਹਾਸਲ ਕਰਨਾ ਚਾਹੁੰਦੇ ਆ, ਤੁਸੀਂ ਨੈੱਟ 'ਤੇ ਸਰਚ ਕਰ ਸਕਦੇ ਹੋ ਗੂਗਲ ਦੇ ਵਿੱਚ, ਐਵਰੇਜ ਮੰਥਲੀ ਸੈਲਰੀ ਇਨ ਡੈਨਮਾਰਕ ਇਟ ਇਜ਼ 43,600 DKK, ਡੈਨਿਸ਼ ਕਰੋਨਾ। ਇੱਕ ਡੈਨਿਸ਼ ਕਰੋਨਾ ਦੀ ਕੀਮਤ 12 ਰੁਪਏ। ਸਾਨੂੰ ਲੱਗਦਾ ਕਈ ਵਾਰ ਕਿ 12 ਰੁਪਏ ਪਤਾ ਨਹੀਂ ਕੰਟਰੀ ਵਧੀਆ ਨਹੀਂ ਹੋਣੀ, ਬਟ ਉੱਥੇ ਸੈਲਰੀਜ਼ ਬਹੁਤ ਹਾਇਰ ਨੇ। ਸ਼ੈਂਗਨ ਕੰਟਰੀ ਹੈ, 27 ਦੇਸ਼ ਬਿਨਾਂ ਵੀਜ਼ਾ ਘੁੰਮ ਸਕਦੇ ਹੋ। 30,000 ਵੀ ਜੇ ਤੁਸੀਂ ਕਮਾਉਂਦੇ ਹੋ ਮੰਥਲੀ ਤਾਂ ਇੰਡੀਆ ਦਾ ਉਹ 3,60,000 ਮੰਥਲੀ ਬਣਦਾ। ਔਰ ਕਈ ਫੈਮਿਲੀਜ਼ ਨੇ ਜਿਹੜੇ ਅਸੀਂ ਭੇਜ ਚੁੱਕੇ ਹਾਂ, ਅੱਜ ਤੋਂ ਵੀ ਜਾ ਰਹੇ ਬੱਚੇ 10 ਸਾਲ ਤੋਂ ਜਾ ਰਹੇ ਨੇ, ਉਹ 6-7 ਲੱਖ ਵੀ ਕਮਾ ਰਹੇ ਹੈਗੇ ਹੈ ਮੰਥਲੀ। ਸੋ ਅੱਛੀ ਇਨਕਮ ਹਾਸਲ ਕਰਨ ਲਈ ਔਰ ਅੱਛੇ ਭਵਿੱਖ ਵਾਸਤੇ ਡੈਨਮਾਰਕ ਦੀ ਚੋਣ ਕਰੋ। ਵਿਨੀਅਰ ਇੰਗਲਿਸ਼ ਨੂੰ ਅੱਜ ਹੀ ਸੰਪਰਕ ਕਰੋ ਦਿੱਤੇ ਗਏ ਨੰਬਰਾਂ 'ਤੇ, ਕਾਲ ਕਰੋ, ਔਰ ਤੁਸੀਂ ਮੈਨੂੰ ਡਾਇਰੈਕਟ ਜਗਰਾਓ ਆ ਕੇ ਮਿਲ ਸਕਦੇ ਹੋ। ਵਿਨੀਅਰ ਇੰਗਲਿਸ਼, ਰਾਏਕੋਟ ਰੋਡ ਓਪੋਜ਼ਿਟ ਸੋਨਾਲੀਕਾ ਟਰੈਕਟਰ ਏਜੰਸੀ, ਜਗਰਾਓ। ਥੈਂਕ ਯੂ।